ਜੀ ਮੈਂ ਤੁਹਾਡਾ ਆਪਣਾ ਤੁਹਾਡੇ ਸਾਰਿਆਂ ਸਾਂਝੀਆਂ ਗੱਲਾਂ ਪਤਾ ਲੈ ਕੇ ਪੇਸ਼ ਹਾਂ ਹਰ ਮੰਗਲਵਾਰ ਦੀ ਤਰ੍ਹਾਂ ਲਾਈਵ ਸ਼ੋਅ ਇੰਡੀਅਨ ਐਪਸ ਆਪਾਂ ਕਰਦੇ ਹਾਂ ਤੁਸੀਂ ਸਾਰੇ ਦੇਖ ਰਹੇ ਦਰਸ਼ਕਾਂ ਨੂੰ ਜਿਮੀ ਬਰਾਬਰ ਨੂੰ ਸਤਿ ਸ਼੍ਰੀ ਅਕਾਲ ਆਪਾਂ ਉਹੀ ਗੱਲ ਹੁੰਦੀ ਆਪਣੀ ਕਿ ਕਮਿਊਨਿਟੀ ਦੀਆਂ ਗੱਲਾਂ ਜਿਹੜੀਆਂ ਨੇ ਜੋ ਵੀਕਐਂਡ 'ਤੇ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਔਫ ਏਅਰ ਜਾ ਕੇ ਜਾਂ ਜੋ ਸੋਸ਼ਲ ਮੀਡੀਆ ਤੋਂ ਸੱਚ ਇੱਧਰੋਂ ਉੱਧਰੋਂ ਫੜ ਕੇ ਇਕੱਠਾ ਕਰਕੇ ਆਪਾਂ ਲੈ ਕੇ ਆਉਂਦੇ ਹਾਂ ਕਿ ਆਪਣੀ ਕਮਿਊਨਿਟੀ ਵਿੱਚ ਕੀ ਹੋ ਰਿਹਾ ਇਸੇ ਕਰਕੇ ਆਪਾਂ ਜਿਹੜਾ ਸ਼ੋਅ ਦਾ ਨਾਮ ਵੀ ਕਮਿਊਨਿਟੀ ਕਨੈਕਟ ਰੱਖਿਆ ਹੋਇਆ ਤਾਂ ਕਿ ਆਪਾਂ ਕਮਿਊਨਿਟੀ ਨੂੰ ਹਰ ਜਗ੍ਹਾ ਤੋਂ ਕਨੈਕਟ ਕਰ ਸਕੀਏ ਹਰ ਪੱਖ ਤੋਂ ਕਨੈਕਟ ਕਰ ਸਕੀਏ ਜਿਸ ਤਰ੍ਹਾਂ ਦੀ ਵੀ ਖਬਰ ਹੈ ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਲਦ ਹੀ ਜਲਦ ਸੱਚ ਸਾਹਮਣੇ ਲੈ ਕੇ ਆਈਏ ਕਿਸ ਕੀ ਸੱਚ ਹੈ ਔਰ ਦੁਨੀਆਦਾਰੀ 'ਤੇ ਕੀ ਹੋ ਰਿਹਾ ਇਸੇ ਕਰਕੇ ਆਪਣਾ ਸ਼ੋਅ ਹੈ ਜੋ ਕਮਿਊਨਿਟੀ ਕਨੈਕਟ ਜੇ ਤੁਸੀਂ ਇਸਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਦੱਸਣਾ ਚਾਹੁੰਦੇ ਹੋ ਓਪਨਲੀ ਇਹ ਇੱਕ ਜਸ ਟੀਵੀ ਦਾ ਇੱਕ ਓਪਨ ਮੰਚ ਹੈ ਜਿੱਥੇ ਤੁਸੀਂ ਆਪਣੇ ਵਿਚਾਰ ਖੁੱਲ੍ਹ ਕੇ ਦੱਸ ਸਕਦੇ ਹੋ ਜਿੱਥੇ ਕੋਈ ਬੰਦਿਸ਼ ਨਹੀਂ ਜਿੱਥੇ ਸੱਚ ਨੂੰ ਹਮੇਸ਼ਾ ਹੀ ਅਸੀਂ ਮੋਹਰੇ ਲੈ ਕੇ ਆਉਂਦੇ ਹਾਂ ਕਿ ਜੋ ਸੱਚ ਹੈ ਦੁਨੀਆ ਦਾ ਉਹ ਸਾਹਮਣੇ ਆਵੇ ਅਤੇ ਜੇ ਕੋਈ ਵੀ ਮੇਰਾ ਭੈਣ ਭਰਾ ਆਪਣੇ ਵਿਚਾਰ ਦੱਸਣਾ ਚਾਹੁੰਦਾ ਹੈ ਜਾਂ ਸਾਨੂੰ ਈਮੇਲ ਕਰ ਸਕਦੇ ਹੋ ਜਾਂ ਹੇਠ ਲਿਖੇ ਨੰਬਰਾਂ 'ਤੇ ਤੁਸੀਂ ਸਾਨੂੰ ਲਾਈਵ ਜੋ ਪ੍ਰੋਗਰਾਮ ਹੁੰਦਾ ਉਹ 'ਤੇ ਕਾਲ ਵੀ ਕਰ ਸਕਦੇ ਹੋ ਕਿ ਸਾਡਾ ਆਹ ਵਿਚਾਰ ਹੈ ਜੀ ਆਹ ਸਾਨੂੰ ਗੱਲ ਸੱਚ ਲੱਗਦੀ ਹੈ ਜਾਂ ਆਹ ਗੱਲ ਝੂਠ ਲੱਗਦੀ ਹੈ ਅਤੇ ਇਸੇ ਤਰ੍ਹਾਂ ਜਿਹੜੀਆਂ ਕਮਿਊਨਿਟੀ ਦੀਆਂ ਗੱਲਾਂ ਨੇ ਕਾਫੀ ਵੀਕਐਂਡ 'ਤੇ ਸੁਣਨ ਨੂੰ ਮਿਲੀਆਂ ਔਰ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਉਹ ਮਨ ਦੇ ਵਿੱਚ ਵੀ ਆਈਆਂ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿ ਸਾਡਾ ਜਿਹੜਾ ਸੱਚ ਸੀ ਜਾਂ ਸੱਚ ਬੋਲਣ ਦਾ ਤਰੀਕਾ ਸੀ ਉਹ ਅਸੀਂ ਕਿੱਧਰ ਨੂੰ ਲੈ ਕੇ ਜਾ ਰਹੇ ਹਾਂ ਅਸੀਂ ਸੱਚ ਹੁਣ ਦਾ ਜ਼ਮਾਨਾ ਜਿਹੜਾ ਸੱਚ ਨਹੀਂ ਬੋਲਾਂਗੇ ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜੀਆਂ ਪ੍ਰੋਬਲਮਾਂ ਆ ਜਾਣੀਆਂ ਕਿਉਂਕਿ ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਅਸੀਂ ਗੱਲ ਕਹਿ ਕੇ ਇਹ ਕਹਿ ਦਈਏ ਕਿ ਅਸੀਂ ਇਹ ਗੱਲ ਤਾਂ ਕਹੀ ਨਹੀਂ ਜਾਂ ਆਹ ਗੱਲ ਤਾਂ ਇੱਦਾਂ ਹੋਈ ਨਹੀਂ ਇੱਦਾਂ ਨਹੀਂ ਹੁੰਦਾ ਕਿਉਂਕਿ ਪਿਛਲੇ ਦਿਨੀ ਕੁਛ ਸੁਣਨ ਵਿੱਚ ਆਇਆ ਕਿ ਆਪਣਾ ਇੱਕ ਇੰਡੀਆ ਦਾ ਲੀਡਰ ਸੁਖਪਾਲ ਖਹਿਰਾ ਜੋ ਇੱਕ ਪਾਸੇ ਨੂੰ ਛੱਡ ਕੇ ਦੂਸਰੇ ਪਾਸੇ ਦੂਸਰੇ ਪਾਸੇ ਨੂੰ ਛੱਡ ਕੇ ਦੂਸਰੇ ਪਾਸੇ ਦੇਖੋ ਕਿੱਡੀ ਬੜੀ ਮੰਦਭਾਗੀ ਘਟਨਾ ਹੈ ਕਿ ਇੱਕ ਐਸਾ ਲੀਡਰ ਜਿਸ ਨੂੰ ਲੋਕਾਂ ਨੇ ਚੁਣ ਕੇ ਵੋਟਾਂ ਪਾ ਕੇ ਜਿਤਾ ਕੇ ਉਸਨੂੰ ਲੀਡਰ ਬਣਾਇਆ ਲੇਕਿਨ ਉਹਦੇ ਵਿੱਚ ਸੱਚ ਬੋਲਣ ਦੀ ਹੀ ਹਿੰਮਤ ਨਹੀਂ ਬਹੁਤ ਹੀ ਮੈਂ ਸਮਝਦਾ ਕਿ ਉਸ ਕੰਟਰੀ ਦੇ ਮਾੜੇ ਭਾਗ ਨੇ ਜਿੱਥੇ ਇੱਦਾਂ ਦੇ ਲੀਡਰ ਨੇ ਕਿ ਉਸ ਬੰਦੇ ਦੀਆਂ ਦੋ ਦੋ ਰਿਕਾਰਡਿੰਗਾਂ ਜਿਹੜੀਆਂ ਪੈਰਾਲੈਲ ਚੱਲਣ ਡੀਆਂ ਨੇ ਇੱਕ ਸਕਰੀਨ 'ਤੇ ਉਸ ਬੰਦਾ ਬੋਲ ਰਿਹਾ ਕਿ ਕੈਪਟਨ ਮਾੜਾ ਸੀ ਔਰ ਉਹੀ ਬੰਦਾ 2 ਸਾਲ ਬਾਅਦ ਬੋਲ ਰਿਹਾ ਕਿ ਕੈਪਟਨ ਕਿੰਨਾ ਚੰਗਾ ਹੋ ਗਿਆ ਇਹ ਉਸ ਮੁਲਕ ਦੇ ਵਿੱਚ ਮੈਨੂੰ ਲੱਗਦਾ ਕਿ ਕੁਛ ਨਹੀਂ ਹੋ ਸਕਦਾ ਜੇ ਸੋਚੀਏ ਇਹਨਾਂ ਗੱਲਾਂ ਨੂੰ ਕਿ ਤੁਹਾਡਾ ਆਪ ਦਾ ਰਿਕਾਰਡ ਕੀਤਾ ਹੋਇਆ ਬਿਆਨ ਜਿਹੜਾ ਹੈ ਤੁਸੀਂ ਕਿਹਾ ਕਿ ਕੈਪਟਨ ਨੂੰ ਪਾਕਿਸਤਾਨ ਤੋਂ ਕੈਪਟਨ ਦੀ ਵਾਈਫ ਜਾਂ ਜੋ ਵੀ ਉੱਥੇ ਸਿਚੁਏਸ਼ਨ ਹੈ ਕਿ ਉਸਨੇ ਪਾਕਿਸਤਾਨ ਤੋਂ ਲੇਡੀ ਰੱਖੀ ਹੋਈ ਹੈ ਜਿਹੜਾ ਉਹਦਾ ਪਰਸਨਲ ਮਾਮਲਾ ਲੇਕਿਨ ਉਹਦੇ ਵਿੱਚ ਬੀਕੌਜ਼ ਕੇ ਉਹਨੇ ਇਹ ਕਿਹਾ ਕਿ ਪਾਕਿਸਤਾਨ ਦੇ ਇਸ ਔਰਤ ਨੂੰ ਲੈ ਕੇ ਦੇਸ਼ ਨੂੰ ਖਤਰਾ ਮੈਨੂੰ ਲੱਗਦਾ ਕਿ ਇਹ ਲੀਡਰਾਂ ਨੂੰ ਝੂਠ ਬੋਲਣਾ ਜਿਹੜਾ ਬੰਦ ਕਰ ਦੇਣਾ ਚਾਹੀਦਾ ਕਿ ਖਤਰਾ ਨਾ ਤਾਂ ਪਾਕਿਸਤਾਨ ਤੋਂ ਹੈ ਨਾ ਚਾਈਨਾ ਤੋਂ ਹੈ ਇਹ ਲੀਡਰਾਂ ਨੇ ਆਪਣਾ ਤਾਮਝਾ ਮਨਾਉਣ ਦੇ ਲਈ ਇਹ ਖਤਰਾ ਬਣਾਇਆ ਹੋਇਆ ਖਤਰਾ ਵੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਕਿ ਪਬਲਿਕ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਕਿ ਸਾਨੂੰ ਪਾਕਿਸਤਾਨ ਤੋਂ ਖਤਰਾ ਹਾਲਾਂਕਿ ਇੱਥੇ ਜੇ ਫੋਰਨ ਵਿੱਚ ਦੇਖੀਏ ਜਾਂ ਇੰਡੀਆ ਦੇ ਵਿੱਚ ਵੀ ਜੇ ਪਾਕਿਸਤਾਨੀਆਂ ਨੂੰ ਮਿਲੋ ਤਾਂ ਉਹਨਾਂ ਨੂੰ ਨਾ ਉਹਨਾਂ ਨੂੰ ਇੰਡੀਆ ਤੋਂ ਖਤਰਾ ਨਾ ਪਾਕਿਸਤਾਨ ਨੂੰ ਇੰਡੀਆ ਤੋਂ ਖਤਰਾ ਕਿਸੇ ਨੂੰ ਕੋਈ ਖਤਰਾ ਨਹੀਂ ਇਹ ਖਤਰਾ ਜਿਹੜਾ ਗੌਰਮੈਂਟ ਦਾ ਬਣਾਇਆ ਹੋਇਆ ਬਿਲਕੁਲ ਝੂਠ ਦੀ ਬੁਨਿਆਦ 'ਤੇ ਖੜਾ ਕੀਤਾ ਗਿਆ ਔਰ ਜਿਸ ਮੁਲਕ ਦਾ ਪ੍ਰਧਾਨ ਮੰਤਰੀ ਵੀ ਝੂਠ ਬੋਲੀ ਜਾਂਦਾ ਔਰ ਸ਼ਰੇਆਮ ਕਿਹਾ ਜਾਂਦਾ ਕਿ ਇਹ ਤਾਂ ਇੱਕ ਜੁਮਲਾ ਸੀ ਕਿ ਕੋਈ ਜਿਹੜਾ ਕਾਲਾ ਧਨ 15 ਲੱਖ ਨਹੀਂ ਆਉਣਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇੱਕ ਜਿਹੜੀ ਪਬਲਿਕ ਵੀ ਹੈ ਆਪਾਂ ਇਹ ਨਹੀਂ ਕਹਾਂਗੇ ਕਿ ਲੀਡਰ ਹੀ ਬਿਲਕੁਲ ਗਲਤ ਨੇ ਪਬਲਿਕ ਵੀ ਕੀ ਸੋਚ ਕੇ ਵੋਟਾਂ ਪਾਉਂਦੀ ਆ ਹੁਣ ਫਿਰ ਵੋਟਾਂ ਆਉਣ ਵਾਲੀਆਂ 2 ਸਾਲ ਰਹਿ ਗਏ 24 ਦੇ ਵਿੱਚ ਵੋਟਾਂ ਆਉਣੀਆਂ ਨੇ ਮੈਂ ਤਾਂ ਇਹ ਕਹੂੰਗਾ ਅਪੀਲ ਕਰਦਾ ਕਿ ਜਿੰਨੇ ਵੀਰ ਭੈਣ ਭਰਾ ਬਜ਼ੁਰਗ ਸਾਰੇ ਆਪਣੀ ਵੋਟ ਦੀ ਕੀਮਤ ਨੂੰ ਜਾਣੋ ਔਰ ਵੋਟ ਬਿਲਕੁਲ ਹੀ ਸੋਚ ਸਮਝ ਕੇ ਪਾਓ ਔਰ ਬੰਦੇ ਦਾ ਕਿਰਦਾਰ ਜਾਣੋ ਕਿ ਬੰਦਾ ਕੀ ਕਰ ਰਿਹਾ ਇਸ ਹੁਣ ਤਾਂ ਜ਼ਮਾਨਾ ਵੀ ਆ ਗਿਆ ਕਿ ਤੁਹਾਡੇ ਹੱਥ ਵਿੱਚ ਹਰ ਬੱਚੇ ਨਿਆਣੇ ਦੇ ਹੱਥ ਵਿੱਚ ਸਿਆਣੇ ਦੇ ਕੀ ਮੋਬਾਈਲ ਹੈ ਤੁਸੀਂ ਉਹਦਾ ਬਿਆਨ ਰਿਕਾਰਡ ਕਰੋ ਜਿੱਦਾਂ ਹੁਣ ਉਹਦਾ ਰਿਕਾਰਡ ਕੀਤਾ ਹੋਇਆ ਬਿਆਨ ਮੋਹਰੇ ਆਇਆ ਕਿ ਉਹੀ ਬੰਦਾ ਆਹ ਗੱਲ ਕਹਿ ਰਿਹਾ ਸੀ ਹੁਣ ਉਹ ਬੰਦਾ ਆਹ ਗੱਲ ਕਹਿ ਰਿਹਾ ਇਹ ਜਿਹੜੀ ਬਿਆਨਬਾਜ਼ੀ ਨੇ ਜ਼ਰੂਰ ਉਹਨਾਂ ਨੂੰ ਥੋੜ੍ਹਾ ਡਰ ਲੱਗੇ ਕਿ ਲੀਡਰਾਂ ਨੂੰ ਵੀ ਔਰ ਪਬਲਿਕ ਨੂੰ ਵੀ ਚਾਹੀਦਾ ਕਿ ਪਬਲਿਕ ਜੋ ਕੰਮ ਕਰ ਰਹੀ ਹੈ ਸੋਚ ਸਮਝ ਕੇ ਕਰੋ ਤਾਂ ਕਿ ਫਿਰ ਵਾਪਸ ਜਿਹੜਾ ਹੁਣ ਕਿਸਾਨੀ ਦਾ ਰੌਲਾ ਪੈ ਰਿਹਾ ਕਿ ਉਹ ਸਾਨੂੰ ਜੇ ਲੀਡਰ ਚੰਗੇ ਹੁੰਦੇ ਤਾਂ ਇਹਨਾਂ ਕਿਸਾਨਾਂ ਨੂੰ ਵੀ ਉੱਥੇ ਬਾਰਡਰਾਂ 'ਤੇ ਬਹਿਣ ਦੀ ਕੋਈ ਜ਼ਰੂਰਤ ਨਹੀਂ ਸੀ ਕੋਈ ਸੈਂਸ ਨਹੀਂ ਬਣਦੀ ਕਿ ਬਾਰਡਰਾਂ 'ਤੇ ਬਹਿਣਾ ਹਰ ਇੱਕ ਬੰਦਾ ਆਪਣਾ ਕੰਮ ਕਰੇ ਪ੍ਰੋਬਲਮ ਇੱਥੋਂ ਹੀ ਆਉਂਦੀ ਕਿ ਵੋਟ ਜਦੋਂ ਤੁਸੀਂ ਪਾਉਂਦੇ ਆ ਉਦੋਂ ਨਹੀਂ ਵਿਚਾਰਦੇ ਜੇ ਉਦੋਂ ਵਿਚਾਰਿਆ ਜਾਂਦਾ ਤਾਂ ਫਿਰ ਕਿਸੇ ਵੀ ਗੱਲ ਨੂੰ ਲੈ ਕੇ ਆਹ ਰੌਲਾ ਜਿਹੜਾ ਇੱਥੇ ਤੱਕ ਨਹੀਂ ਆਉਂਦਾ
ਜੇ ਸੁਖਪਾਲ ਖਹਿਰੇ ਵਰਗੇ ਜਿਹੜੇ ਲੀਡਰ ਆ ਉਹਨਾਂ ਨੂੰ ਤਾਂ ਕਦੀ ਵੋਟ ਨਹੀਂ ਪਾਉਣੀ ਚਾਹੀਦੀ, ਜਿਹੜੇ ਜਿਹਨਾਂ ਦੇ ਬਿਆਨ ਆਪਦੇ ਵਿੱਚ ਹੀ ਆਪ ਬਿਆਨਾਂ 'ਚ ਆਪ ਝੂਠੇ ਨੇ, ਉਹਨਾਂ ਨੂੰ ਤਾਂ ਕਦੀ ਵੋਟ ਨਹੀਂ ਪਾਉਣੀ ਚਾਹੀਦੀ। ਲੇਕਿਨ ਇਹ ਗੱਲਾਂ ਇਕੱਲੇ ਲੀਡਰਾਂ ਤੱਕ ਨਹੀਂ, ਇਹ ਗੱਲਾਂ ਸਾਡੇ ਗੁਰੂ ਘਰਾਂ 'ਚ ਵੀ ਆ, ਔਰ ਇਹ ਗੱਲਾਂ ਗੁਰੂ ਘਰਾਂ 'ਚ ਨਹੀਂ, ਮੰਦਰਾਂ 'ਚ ਵੀ ਆ, ਮਸਜਿਦਾਂ 'ਚ ਵੀ ਆ। ਪਿੱਛੇ ਜਾਂ ਮੰਦਰ ਦੀ ਖਬਰ ਆਈ ਹੈ ਕਿ ਉਹ ਇੰਡੀਆ ਤੋਂ ਇਲੀਗਲ ਤਰੀਕੇ ਨਾਲ ਲਿਆ ਕੇ ਬੰਦਿਆਂ ਤੋਂ ਕੰਮ ਕਰਾ ਰਿਹਾ, ਕੋਈ ਨਿੱਜੀ ਅਸੀਂ ਮੰਦਰ ਬਣਾ ਰਿਹਾ। ਕਿੱਡੀ ਮੰਦਭਾਗੀ ਘਟਨਾ ਕਿ ਉਹ ਮੰਦਰ ਜਿਹੜਾ ਬਣ ਰਿਹਾ ਉੱਥੇ ਤੁਸੀਂ ਜਿਹੜੇ ਵਰਕਰ ਜਿਹਨਾਂ ਦਾ ਖੂਨ ਪਸੀਨਾ ਪਾ ਕੇ ਉਹ ਕੰਮ ਕਰ ਰਹੇ ਆ, ਤੁਸੀਂ ਉਹਨਾਂ ਦੀ ਤਨਖਾਹ ਮਾਰ ਕੇ ਉਹ ਬਣਾਉਣਾ ਚਾਹੁੰਦੇ ਆ, ਤਾਂ ਇਹ ਮੰਦਰ ਬਣਾਉਣ ਦਾ ਕੀ ਫਾਇਦਾ, ਜਾਂ ਐਸਾ ਗੁਰੂ ਘਰ ਬਣਾਉਣ ਦਾ ਕੀ ਫਾਇਦਾ ਜਿੱਥੇ ਤੁਸੀਂ ਉਹ ਗੁਰੂ ਘਰਾਂ ਦੇ ਜਿਹੜੇ ਵਜ਼ੀਰ ਨੇ ਉਹਨਾਂ ਦੀ ਤਨਖਾਹ ਨਹੀਂ ਦੇਣੀ, ਜਾਂ ਉਹਨਾਂ ਨੂੰ ਹੀ ਭੁੱਖੇ ਰੱਖਣਾ ਜਿਹਨਾਂ ਤੋਂ ਤੁਸੀਂ ਸਿੱਖਿਆ ਲੈਣੀ ਚਾਹੁੰਦੇ ਹੋ, ਕੀ ਫਾਇਦਾ ਐਸੇ ਜਿਹੇ ਮੰਦਰਾਂ ਦਾ ਜਾਂ ਗੁਰਦੁਆਰਿਆਂ ਦਾ ਜਾਂ ਮਸੀਦਾਂ ਦਾ ਜਿੱਥੇ ਤੁਸੀਂ ਗਲਤ ਕੰਮ ਕਰਦੇ ਹੋ। ਮੇਰਾ ਇਹ ਮੰਨਣਾ ਕਿ ਤੁਸੀਂ ਇਹ ਜਿਹੜਾ ਮੰਦਰ ਮਸੀਦ ਗੁਰਦੁਆਰਾ ਜਾਂ ਜੋ ਵੀ ਹੈ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਲਿਆ ਕਰੋ ਕਿ ਜਿੱਥੇ ਜਿੱਥੇ ਤੁਸੀਂ ਜਾਣਾ ਖੁਸ਼ੀਆਂ ਲੈਣ, ਜੇ ਉੱਥੇ ਹੀ ਤੁਹਾਡਾ ਜਿਹੜਾ ਖੂਨ ਜਾਂ ਉੱਥੇ ਜਾਂ ਤੁਸੀਂ ਕਿਸੇ ਦੀਆਂ ਦੁਰਸੀਸਾਂ ਪਹਿਲਾਂ ਹੀ ਨੀਹਾਂ 'ਚ ਦਫਨ ਕਰ ਦਿੱਤੀਆਂ, ਤਾਂ ਉੱਥੇ ਕੀ ਤੁਹਾਨੂੰ ਸਕੂਨ ਮਿਲੂਗਾ ਉਸ ਬਿਲਡਿੰਗ ਤੋਂ ਕਿ ਜਿੱਥੇ ਇੱਕ ਡਾਲਰ ਪਰ ਘੰਟਾ ਮਜ਼ਦੂਰ ਲਿਆ ਕੇ ਉਹ ਮੰਦਰ ਬਣ ਰਿਹਾ। ਮੇਰੇ ਹਿਸਾਬ ਨਾਲ ਤਾਂ ਉਹ ਮੰਦਰ ਬਣਾਉਣ ਦੀ ਕੋਈ ਜ਼ਰੂਰਤ ਨਹੀਂ, ਚਾਹੇ ਉਹ ਮੰਦਰ ਹੋਵੇ ਜਾਂ ਗੁਰਦੁਆਰਾ ਹੋਵੇ। ਜਿੱਥੇ ਤੁਸੀਂ ਝੂਠ ਬੋਲਣਾ ਹੈ, ਝੂਠ ਕਿਤੇ ਵੀ ਜਿਹੜਾ ਉਹ ਬਿਲਕੁਲ ਮਾੜਾ, ਜਿਸੇ ਤਰ੍ਹਾਂ ਲੀਡਰ ਝੂਠ ਬੋਲਦੇ ਨੇ, ਇਸੇ ਤਰ੍ਹਾਂ ਗੁਰੂ ਘਰਾਂ ਦੇ ਪ੍ਰਧਾਨ ਝੂਠ ਬੋਲਦੇ ਨੇ, ਜਿਹੜੇ ਸਾਡੇ ਅਖੌਤੀ ਬਾਬੇ ਨੇ ਉਹ ਝੂਠ ਬੋਲੀ ਜਾਂਦੇ ਨੇ, ਉਹ ਲੋਕਾਂ ਨੂੰ ਐਸੀਆਂ ਗੱਲਾਂ ਦੱਸਦੇ ਨੇ ਜਿਹਦੀ ਕੋਈ ਸੈਂਸ ਨਹੀਂ ਬਣਦੀ। ਜੇ ਥੋੜ੍ਹਾ ਜਿਹਾ ਤੁਸੀਂ ਸਾਇੰਸ ਵੱਲ ਝਾਤੀ ਮਾਰੋ ਕਿ ਹੁਣ ਜੋ ਬਾਣੀ ਕਹਿ ਕੇ ਗਈ, ਗੁਰੂ ਨਾਨਕ ਸਾਹਿਬ ਕਹਿ ਗਏ 550 ਸਾਲ ਪਹਿਲਾਂ, ਉਹ ਅਸੀਂ ਕਹਿਣਾ ਨਹੀਂ ਚਾਹੁੰਦੇ, ਲੇਕਿਨ ਹਾਂ ਝੂਠ ਜੋ ਕਿ ਸਾਨੂੰ ਮੰਨਿਆ ਜਾਵੇ। ਇੱਕ ਬੰਦਾ ਸਧਾਰਨ ਬੰਦਾ ਉਹ ਅੰਮ੍ਰਿਤ ਛਕ ਲੈਂਦਾ, ਉਹ ਦੂਸਰੇ ਨਾਲ ਹੱਥ ਨਹੀਂ ਮਿਲਾਉਂਦਾ ਕਿ ਮੈਂ ਅੰਮ੍ਰਿਤ ਛਕਿਆ ਹੋਇਆ। ਕਿੱਡੀ ਮੰਦਭਾਗੀ ਘਟਨਾ ਹੈ ਕਿ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਕਹਿ ਕੇ ਗਏ ਕਿ ਅਸੀਂ ਸਭ ਇੱਕੋ ਆ, ਕੋਈ ਜਾਤ ਪਾਤ ਨਹੀਂ, ਕੋਈ ਮਤਭੇਦ ਨਹੀਂ, ਹਰ ਇੱਕ ਬੰਦਾ ਹੈ ਕਿ ਉਹਨਾਂ ਨੇ 550 ਸਾਲ ਪਹਿਲਾਂ ਸਾਨੂੰ ਇਹਨਾਂ ਗੱਲਾਂ 'ਚੋਂ ਕੱਢਿਆ, ਅਤੇ ਅਸੀਂ 550 ਸਾਲ ਪਿੱਛੇ ਨੂੰ ਚਲੇ ਗਏ ਕਿ ਨਹੀਂ ਜੀ ਅਸੀਂ ਤਾਂ ਇਹਨਾਂ ਗੱਲਾਂ 'ਚ ਫਸੇ ਰਹਿਣਾ, ਕਿਉਂਕਿ ਸਾਨੂੰ ਉਹਨਾਂ ਗੱਲਾਂ 'ਚ ਸਵਾਦ ਆਉਣਾ ਕਿ ਅਸੀਂ ਝੂਠ ਬੋਲੀਏ, ਇੱਕ ਦੂਸਰੇ ਨੂੰ ਮਾੜਾ ਦਿਖਾਉਣਾ। ਕੋਸ਼ਿਸ਼ ਹਰ ਇਨਸਾਨ ਦੀ ਹੁਣ ਇਹ ਲੱਗੀ ਹੋਈ ਆ ਹੁਣ ਦੇ ਯੁੱਗ ਵਿੱਚ ਕਿ ਦੂਜਾ ਬੰਦਾ ਜਿਹੜਾ ਉਹਨੂੰ ਮੈਂ ਮਾੜਾ ਕਿੱਦਾਂ ਬਣਾਵਾਂ। ਬੜੀ ਹੀ ਮਾੜੀ ਗੱਲ ਹੈ ਕਿ ਅਸੀਂ ਜੇ ਥੋੜ੍ਹਾ ਜਿਹਾ ਇਸ ਜਿੰਨਾ ਸਮਾਂ ਇੱਕ ਚੀਜ਼ ਲਾਉਂਦੇ ਹਾਂ ਕਿ ਇਸ ਬੰਦੇ ਨੂੰ ਜਾਂ ਇਸ ਸੰਸਥਾ ਨੂੰ ਜਾਂ ਇਸ ਧਰਮ ਨੂੰ ਮਾੜਾ ਬਣਾਈਏ, ਜੇ ਉਹ ਤੋਂ ਅੱਧਾ ਸਮਾਂ ਵੀ ਲਾ ਦਈਏ ਕਿ ਆਹ ਜਿਹੜਾ ਜੀ ਸਮਾਜ ਹੈ ਜਾਂ ਧਰਮ ਹੈ, ਜੇ ਇਸ ਨੂੰ ਉਹ ਤੋਂ ਅੱਧਾ ਸਮਾਂ ਅਸੀਂ ਸੋਚਣ ਸਮਝਣ ਲਈ ਲਾ ਦਈਏ, ਤਾਂ ਮੈਨੂੰ ਲੱਗਦਾ ਕਿ ਸਾਰੇ ਗਿਲੇ ਸ਼ਿਕਵੇ ਜਿਹੜੇ ਦੂਰ ਹੋ ਜਾਣਗੇ। ਖਾਸ ਕਰਕੇ ਜੇ ਤੁਸੀਂ ਜਿਹੜੇ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ, ਜੇ ਸਿੱਖੀ ਨੂੰ ਬਿਲੋਂਗ ਕਰਦੇ ਹਾਂ ਜਾਂ ਬੁੱਧਾ ਨੂੰ ਬਿਲੋਂਗ ਕਰਦੇ ਹਾਂ ਜਾਂ ਜੈਨੀ ਨੂੰ ਬਿਲੋਂਗ ਕਰਦੇ ਹਾਂ ਜਾਂ ਈਸਾ ਮਸੀਹ ਨੂੰ, ਤੁਸੀਂ ਉਸ ਧਰਮ ਬਾਰੇ ਥੋੜ੍ਹਾ ਜਿਹਾ ਸੋਚੋ ਕਿ ਧਰਮ ਬਣਾਇਆ ਕਿਉਂ, ਧਰਮ ਕਿਸ ਚੀਜ਼ ਲਈ ਬਣਾਇਆ। ਧਰਮ ਬਣਾਇਆ ਇੱਕ ਦੂਸਰੇ ਨੂੰ ਸਮਝਾਉਣ ਲਈ, ਪਰ ਅਸੀਂ ਕੀ ਕੀਤਾ, ਸਮਾਜ ਨੇ ਉਹਨੂੰ ਇੱਕ ਦੂਸਰੇ ਨੂੰ ਡਰਾਉਣ ਲਈ ਵਰਤਣਾ ਸ਼ੁਰੂ ਕਰ ਲਿਆ। ਧਰਮ ਤਾਂ ਬਣਾਇਆ ਸੀ ਕਿ ਤੁਹਾਡੀ ਧਰਮ ਨੂੰ ਗੀਤਾ ਨੂੰ ਪੜ੍ਹ ਕੇ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਜਾਂ ਤੁਸੀਂ ਕਿਹੜਾ ਵੀ ਬਾਈਬਲ ਲੈ ਲਓ ਕਿ ਉਹਦੇ ਵਿੱਚ ਇੱਕ ਜੀਣਾ ਸਿਖਾਇਆ, ਇੱਕ ਜਾਂਚ ਸਿਖਾਈ ਜੀਵਨ ਦੀ ਕਿ ਜੀ ਅਸਲੀ ਜੀਵਨ ਕਿੱਦਾਂ ਜੀਆ ਜਾਂਦਾ ਜਾਂ ਤੁਸੀਂ ਜੀਵਨ ਨੂੰ ਸੁਖਾਲਾ ਕਿੱਦਾਂ ਬਣਾਉਣਾ ਜਾਂ ਤੁਹਾਡਾ ਜੀਵਨ ਵਧੀਆ ਕਿਸ ਤਰ੍ਹਾਂ ਬਣ ਸਕਦਾ। ਲੇਕਿਨ ਉਹ ਹਰ ਧਰਮ ਨੇ ਉਹਨੂੰ ਤੋੜ ਮਰੋੜ ਕੇ ਇਸ ਤਰ੍ਹਾਂ ਪੇਸ਼ ਕਰਨਾ ਸ਼ੁਰੂ ਕਰ ਲਿਆ ਕਿ ਉਹ ਧਰਮ ਨੂੰ ਲੈ ਕੇ ਅਸੀਂ ਦੂਸਰੇ ਨੂੰ ਕਿੱਦਾਂ ਡਰਾਉਣਾ ਕਿ ਜੇ ਤੂੰ ਅੰਮ੍ਰਿਤ ਨਹੀਂ ਛਕਿਆ ਤਾਂ ਤੇਰੇ ਨਾਲ ਆਹ ਹੋ ਜਾਣਾ, ਤੇਰੇ ਨਾਲ ਆਹ ਹੋ ਜਾਣਾ। ਕੀ ਉੱਥੇ ਜੇ ਜਿਹੜੇ ਅੰਮ੍ਰਿਤ ਛੱਕ ਕੇ ਲੋਕ ਝੂਠ ਬੋਲਦੇ ਨੇ, ਕੁਫਰ ਤੋਲਦੇ ਨੇ, ਉਹਨਾਂ ਦਾ ਫਿਰ ਕੀ ਹੋਊ? ਜਾਂ ਜਿਹੜੇ ਹੋਰ ਧਰਮਾਂ ਦੇ ਨੇ ਉਹ ਧਰਮ ਲੈ ਕੇ ਮੰਦਰ ਬਣਾ ਕੇ ਉੱਥੇ ਲੋਕਾਂ ਦਾ ਖੂਨ ਚੂਸ ਰਹੇ ਨੇ, ਉਹ ਫਿਰ ਮੰਦਰ ਦਾ ਕੀ ਹੋਊ? ਮੈਂ ਇਹ ਗੱਲਾਂ ਜਿਹੜੀਆਂ ਨੇ ਵਿਚਾਰ 'ਚ ਆਉਂਦੀਆਂ ਨੇ, ਲੇਕਿਨ ਮੇਰੇ ਵਿਚਾਰ ਜਿਹੜੇ ਹੋ ਸਕਦਾ ਅਲੱਗ ਹੋਣ ਦਾ ਕਿਸੇ ਦੇ ਨਾਲ ਨਾ ਮਿਲਦੇ ਹੋਣ, ਲੇਕਿਨ ਫਿਰ ਵੀ ਮੈਂ ਸਮੇਂ ਸਮੇਂ ਸਿਰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਸੀਂ ਜੇ ਆਪਣਾ ਜੀਵਨ ਜਾਂ ਆਪਣੇ ਆਲੇ ਦੁਆਲੇ ਦਾ ਜਾਂ ਆਪਣੇ ਰਿਸ਼ਤੇਦਾਰਾਂ ਦਾ ਜਾਂ ਆਪਣੇ ਬੱਚਿਆਂ ਦਾ ਜੀਵਨ ਵਧੀਆ ਬਤੀਤ ਕਰਨ ਬਣਾਉਣਾ ਚਾਹੁੰਦੇ ਹੋ ਜਾਂ ਉਹਨਾਂ ਦਾ ਭਵਿੱਖ ਵਧੀਆ ਬਣਾਉਣਾ ਚਾਹੁੰਦੇ ਹੋ ਜਾਂ ਆਪਣਾ ਸਮਾਂ ਵੀ ਵਧੀਆ ਚਾਹੁੰਦੇ, ਅਤੇ ਜ਼ਰੂਰ ਧਰਮ ਨੂੰ ਵੀ ਫਰੋਲੋ ਔਰ ਜਿਹੜਾ ਤੁਹਾਡਾ ਆਲਾ ਦੁਆਲਾ ਹੈ ਉਸ ਨੂੰ ਵੀ ਜ਼ਰੂਰ ਫਰੋਲੋ ਕਿ ਸਾਡੇ ਆਲੇ ਦੁਆਲੇ ਕੀ ਹੋ ਰਿਹਾ ਜਾਂ ਅਸੀਂ ਕੀ ਕਰ ਰਹੇ ਹਾਂ ਜਾਂ ਸਾਨੂੰ ਜਿਹੜਾ ਸਾਡਾ ਜੀਵਨ ਹੈ ਉਹ ਕਿੱਦਾਂ ਦਾ ਹੈ ਜਾਂ ਅਸੀਂ ਕੀ ਕਰਨਾ। ਇਹ ਗੱਲਾਂ ਜਿਹੜੀਆਂ ਨੇ ਬਹੁਤ ਲੰਬੀਆਂ ਨੇ, ਹੁਣ ਜੇ ਤੁਸੀਂ ਬਹੁਤ ਲੰਬੀਆਂ ਡੂੰਘੀਆਂ ਸੋਚਾਂ ਦੇ ਵਿੱਚ ਪੈ ਜਾਈਏ ਤਾਂ ਨਾ ਮੁੱਕਣ ਵਾਲੀਆਂ ਗੱਲਾਂ ਨੇ, ਕਿਉਂਕਿ ਧਰਮ ਜਿਹੜਾ ਹੈ ਜਾਂ ਕੋਈ ਵੀ ਚੀਜ਼ ਹੈ ਉਹ ਮਨੁੱਖ ਨੇ ਆਪਣੇ ਆਪ ਨੂੰ ਸੱਚਾ ਕਰਨ ਲਈ ਅਤੇ ਆਪਣੇ ਆਪ ਨੂੰ ਸਹੀ ਪ੍ਰੂਵ ਕਰਨ ਲਈ ਉਹ ਧਰਮ ਨੂੰ ਯੂਜ਼ ਕਰਨਾ ਸ਼ੁਰੂ ਕੀਤਾ ਹੈ। ਇਸੇ ਤਰ੍ਹਾਂ ਹੀ ਜਿਹੜੇ ਅਕਾਲੀ ਨੇ ਉਹ ਆਪਣੀਆਂ ਵੋਟਾਂ ਲੈਣ ਲਈ ਕਹਿੰਦੇ ਨੇ ਅਸੀਂ ਜੋ ਕਹਿੰਦੇ ਉਹ ਸੱਚ ਆ, ਜਿਹੜੇ ਕਾਂਗਰਸੀ ਆ ਉਹ ਕਹਿੰਦੇ ਅਸੀਂ ਸੱਚ ਆ, ਲੇਕਿਨ ਬਾਰਮ ਲਾਈਨ ਇਹ ਆ ਕਿ ਇੱਕ
ਲੀਡਰਸ਼ਿਪ ਕਰਨ ਲਈ, ਡਿਕਟੇਟਰਸ਼ਿਪ ਕਰਨ ਲਈ ਝੂਠ ਅਤੇ ਕੁਫਰ ਬੋਲਣਾ ਜ਼ਰੂਰੀ ਨਹੀਂ ਹੈ। ਜੇ ਤੁਸੀਂ ਸੱਚ 'ਤੇ ਰਹੋ, ਸੱਚ ਵਾਲੇ ਵੀ ਲੀਡਰ ਨੇ। ਅਤੇ ਇਸ ਤਰ੍ਹਾਂ ਹੀ ਆਪਾਂ ਗੱਲਾਂ ਬਾਤਾਂ ਜਾਰੀ ਰਹਿਣਗੀਆਂ। ਇੱਕ ਬ੍ਰੇਕ ਲਵਾਂਗੇ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਜਿਹੜੀਆਂ ਸਾਡੀ ਕਮਿਊਨਿਟੀ ਦੀਆਂ ਗੱਲਾਂ ਨੇ ਉਹਨਾਂ 'ਤੇ ਆਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਦਿਓ, ਮਿਲਦੇ ਹਾਂ ਬ੍ਰੇਕ ਤੋਂ ਬਾਅਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ 'ਤੇ। ਆਪਾਂ ਫਿਰ ਉਹੀ ਗੱਲਾਂ ਬਾਤਾਂ ਨੇ ਜਿਹੜੀਆਂ ਕਿ ਆਪਾਂ ਵਿਸ਼ਾ ਆਪਣਾ ਇਹੀ ਹੁੰਦਾ ਕਿ ਜੋ ਵੀ ਕਮਿਊਨਿਟੀ ਦੀ ਗੱਲ ਹੈ ਆਪਾਂ ਉਹਨੂੰ ਜ਼ਰੂਰ ਗੱਲ ਮੋਹਰੇ ਲਈਏ ਕਿ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ। ਇਸੇ ਤਰ੍ਹਾਂ ਜਿਹੜਾ ਅੱਜ ਦਾ ਵਿਸ਼ਾ ਸੀ ਉਹ ਵੀ ਇਹੀ ਸੀ ਕਿ ਜੋ ਲੀਡਰਾਂ ਦਾ ਸੁਣਿਆ ਜਾਂ ਜੋ ਹੋਰ ਵੀ ਆਪਣੀਆਂ ਖਬਰਾਂ ਹੁੰਦੀਆਂ ਨੇ, ਕਈ ਗੱਲਾਂ ਜਿਹੜੀਆਂ ਉਹ ਵੈਸੇ ਆਪਾਂ ਟੀ ਵੀ 'ਤੇ ਨਹੀਂ ਕਹਿ ਸਕਦੇ, ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਕਿ ਜੋ ਵੀ ਮੇਰੇ ਮਨ ਵਿੱਚ ਹੈ ਮੈਂ ਜ਼ਰੂਰ ਉਹ ਕਹਾਂ। ਔਰ ਮੈਂ ਆਪਣੇ ਜਿੰਨੇ ਦਰਸ਼ਕ ਨੇ ਉਹਨਾਂ ਨੂੰ ਵੀ ਕਹਿੰਦਾ ਕਿ ਜੇ ਤੁਸੀਂ ਤੁਹਾਡੇ ਮਨ ਵਿੱਚ ਕੋਈ ਗੱਲ ਹੈ ਤੁਸੀਂ ਕਰਨੀ ਚਾਹੁੰਦੇ ਹੋ, ਇਹ ਜਸ ਟੀ ਵੀ ਦਾ ਇੱਕ ਓਪਨ ਪਲੇਟਫਾਰਮ ਹੈ ਜਿੱਥੇ ਤੁਸੀਂ ਆ ਕੇ ਆਪਣੇ ਮਨ ਦੀ ਗੱਲ ਕਰ ਸਕਦੇ ਹੋ। ਅਤੇ ਇਸੇ ਦੇ ਨਾਲ ਹੀ ਅੱਜ ਆਪਣੇ ਕਾਲਰ ਜਾਣਗੇ ਵਿਸਕਾਂਸਨ ਤੋਂ, ਜਿਹੜੇ ਪ੍ਰੋਗਰਾਮ ਕਰਾ ਰਹੇ ਹਾਂ ਆਪਾਂ ਉਹਨਾਂ ਨਾਲ ਜ਼ਰੂਰ ਜਾਣਾਂਗੇ ਕਿ ਉਹ ਕਿਹੜਾ ਪ੍ਰੋਗਰਾਮ ਕਿੱਥੇ ਕਰਾ ਰਹੇ ਨੇ। ਜੀ ਹੈਲੋ। ਹਾਂਜੀ ਹਾਂਜੀ ਭਾਜੀ, ਪਹਿਲਾਂ ਤਾਂ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀ ਵੀ 'ਤੇ। ਅਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ, ਮੈਨੂੰ ਪਤਾ ਕਿ ਪ੍ਰਧਾਨ ਜੀ ਤੁਹਾਨੂੰ ਪ੍ਰਧਾਨ ਸਾਹਿਬ ਕਹਿੰਦੇ ਨੇ, ਅਤੇ ਆਪਣਾ ਨਾਂ ਅਤੇ ਤੁਸੀਂ ਕਿੱਥੋਂ ਬੋਲਦੇ ਹਾਂ ਜੀ? ਹਾਂਜੀ, ਪਹਿਲਾਂ ਤਾਂ ਮੈਂ ਸਾਰੇ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ। ਅਤੇ ਮੇਰਾ ਨਾਮ ਜੀ ਹਰਜਿੰਦਰ ਸਿੰਘ ਜਿੰਦੀ ਹੈ ਜੀ, ਮੈਂ ਵਿਸਕਾਂਸਨ ਮਲਵਾਕੀ ਦੇ ਵਿੱਚ ਰਹਿੰਦੇ ਹਾਂ ਜੀ, ਅਤੇ ਲਾਸਟ 23 ਇਅਰਸ ਤੋਂ। ਅਤੇ ਸਾਡੀ ਸੁਸਾਇਟੀ ਦਾ ਨਾਮ ਹੈ ਜੀ ਗੁਰੂ ਲਾਧੋ ਦੇ ਸੇਵਾ ਸੁਸਾਇਟੀ ਬਾਬਾ ਮੱਖਣ ਸ਼ਾਹ ਲਵਾਣਾ। ਅਤੇ ਅਸੀਂ ਜੀ ਹਰ ਸਾਲ ਬਾਬਾ ਜੀ ਦੀ ਬਰਸੀ ਮਨਾਈ ਦੀ ਹੈ ਜੀ। ਹਾਂਜੀ, ਇਸ ਸਾਲ ਵੀ ਮਨਾਉਣ ਜਾ ਰਹੇ ਹਾਂ। ਹਾਂਜੀ, ਇਸ ਸਾਲ ਵੀ ਮਨਾਉਣ ਜਾ ਰਹੇ ਹਾਂ ਜੀ। ਲਾਸਟ ਈਅਰ ਨਹੀਂ ਮਨਾਈ ਸੀ ਜੀ, ਤੇ ਲਾਸਟ ਈਅਰ ਕੋਵਿਡ ਕਰਕੇ ਪੋਸਟਪੋਨ ਕੀਤਾ ਗਿਆ ਜੀ। ਤੇ ਇਸ ਸਾਲ ਮਨਾਈ ਜਾ ਰਹੀ ਹੈ ਜੀ ਬੜੇ ਧੂਮ ਧਾਮ ਨਾਲ। ਤੇ 13 ਜੂਨ ਨੈਕਸਟ ਆਉਣ ਵਾਲੇ ਸੰਡੇ ਜੀ। ਟਾਈਮ ਟੇਬਲ ਕੀ ਹੈ ਜੀ, ਜਿਹੜਾ ਜੇ ਪ੍ਰੋਗਰਾਮ ਦੱਸ ਦਿਓ ਕਿ ਕੌਣ ਕੌਣ ਆ ਰਿਹਾ ਉੱਥੇ ਜੀ? ਟਾਈਮ ਟੇਬਲ ਜੀ ਆਪਣਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 2 ਵਜੇ ਤੱਕ ਹੈ ਜੀ। 3 ਵਜੇ ਤੱਕ ਚੱਲੇਗਾ, ਓਪਨ ਹੈਗਾ ਜੀ। ਪ੍ਰੋਗਰਾਮ ਆਊਟਸਾਈਡ ਕਰਾਂਗੇ ਜ਼ਿਆਦਾ, ਵੀ ਆਪਣਾ ਜਿਹੜਾ ਕੋਵਿਡ ਚੱਲ ਰਹੀ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਸਾਰੇ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਜੀ। ਤੇ ਉਹਨਾਂ ਦੇ ਵਿੱਚ ਆਪਣੇ ਭਾਈ ਲਖਵਿੰਦਰ ਸਿੰਘ ਜੀ ਆ ਰਹੇ ਨੇ, ਆਪਣੇ ਅੰਮ੍ਰਿਤਸਰ ਵਾਲੇ ਹਜ਼ੂਰੀ ਜੀ ਜਥਾ ਜੀ। ਹਾਂਜੀ, ਤੇ ਆਪਣੇ ਹੋਰ ਵੀ। ਹਾਂਜੀ, ਤੇ ਹੋਰ ਆਪਣੇ ਸੰਗਤਾਂ ਨੂੰ ਕੀ ਆਦੇਸ਼ ਦੇਣਾ ਚਾਹੁੰਦੇ ਕਿ ਜ਼ਰੂਰ ਪੁੱਜੋ ਉੱਥੇ? ਸੰਗਤਾਂ ਜਿੰਨੀਆਂ ਸੰਗਤਾਂ ਜੀ ਸਾਰੀਆਂ ਜੀ ਮਿਡ ਵੈਸਟ ਜਿੰਨੀ ਵੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਉਹ ਜ਼ਰੂਰ ਆਉਣ ਤੇ ਆਪਣਾ ਟਾਈਮ ਕੱਢ ਕੇ ਜ਼ਰੂਰ ਸੰਡੇ ਨੂੰ ਆਉਣ ਜੀ ਸਾਰੇ ਜੀ। ਪ੍ਰਧਾਨ ਜੀ, ਜੀ ਪ੍ਰਧਾਨ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇੰਨਾ ਟਾਈਮ ਕੱਢਿਆ ਮੈਨੂੰ ਪਤਾ, ਕਿਉਂਕਿ ਸਾਰੀ ਦੁਨੀਆ ਅੱਜ ਕੱਲ੍ਹ ਬਿਜ਼ੀ ਹੈ, ਕਿਉਂਕਿ ਮਹਾਂਮਾਰੀ ਦਾ ਜਿਹੜਾ ਚੱਲ ਰਿਹਾ, ਕਾਫੀ ਇੰਪਲੋਈਆਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ। ਤੇ ਤੁਹਾਡਾ ਬਹੁਤ ਧੰਨਵਾਦ ਹੈ ਜਿਹੜਾ ਤੁਸੀਂ ਟਾਈਮ ਕੱਢਿਆ। ਤੇ ਜਿਹੜਾ 13 ਜੂਨ ਨੂੰ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਲਈ ਸ਼ੁਕਰੀਆ ਜੀ, ਤੁਹਾਡਾ ਧੰਨਵਾਦ ਜੀ। ਜੀ, ਇਹ ਸਨ ਪ੍ਰਧਾਨ ਸਾਹਿਬ ਵਿਸਕਾਂਸਨ ਗੁਰੂ ਘਰ ਦੇ। ਉਹ ਕ੍ਰੀਕ ਦੇ ਨਾਲ ਜਾਣਿਆ ਜਾਂਦਾ, ਜਿੱਥੇ ਮੈਂ ਦੱਸ ਦੇਵਾਂ ਕਿ ਇਹ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮਨਾ ਰਹੇ ਨੇ 13 ਜੂਨ ਨੂੰ। ਇਹ ਉਹੀ ਗੁਰੂ ਘਰ ਆ ਜਿੱਥੇ ਸ਼ੂਟਿੰਗ ਹੋਈ ਸੀ, ਅਤੇ ਆਪਣੇ ਕਾਫੀ ਸਾਲ ਪਹਿਲਾਂ ਦੀ ਗੱਲ ਆ, ਲੇਕਿਨ ਹੁਣ ਫਿਰ ਵੀ ਉੱਥੇ ਮੈਂ ਆਪ ਵੀ ਜਾ ਕੇ ਦੇਖਿਆ ਕਿ ਕਾਫੀ ਸੇਫਟੀ ਜਿਹੜੀ ਸੀ ਸਟੇਟ ਨੇ ਇਹਨਾਂ ਨੂੰ ਪ੍ਰੋਵਾਈਡ ਕੀਤੀ ਆ। ਡੋਰਾਂ ਲਾਕ ਹੁੰਦੀਆਂ ਨੇ, ਇੱਕ ਬੰਦਾ ਵੀ ਮੂਹਰੇ ਫਰੰਟ ਡੋਰ 'ਤੇ ਬਿਠਾਉਂਦੇ ਨੇ। ਅਤੇ ਇਹ ਬਾਬਾ ਪ੍ਰੇਮ ਸਿੰਘ ਦੀ ਬਰਸੀ ਮਨਾਉਣ ਜਾ ਰਹੇ 13 ਤਰੀਕ ਨੂੰ। ਵੈਸੇ ਤਾਂ 11 ਤਰੀਕ ਤੋਂ ਸ਼ੁਰੂ ਹੋ ਜੂਗਾ ਖਾਟਪਾਟ ਸਾਹਿਬ, 11-12 ਨੂੰ 13 ਨੂੰ ਸਮਾਪਤ ਕਰਕੇ ਫਿਰ ਉੱਥੇ ਪ੍ਰੋਗਰਾਮ ਰੱਖਿਆ ਗਿਆ। ਕਰੋਨਾ ਦੀ ਮਹਾਂਮਾਰੀ ਨੂੰ ਵੀ ਬੜਾ ਧਿਆਨ 'ਚ ਰੱਖਿਆ ਗਿਆ, ਮੇਰਾ ਖਿਆਲ ਬਾਹਰ ਪ੍ਰੋਗਰਾਮ ਕਰਾਉਣਗੇ ਕਾਫੀ ਦੇਰ ਤੋਂ, ਬਾਕੀ ਅੰਦਰ ਜਿਹੜਾ ਕੀਰਤਨ ਵਗੈਰਾ ਹੋਊਗਾ ਉਹ ਕਰਨਗੇ। ਅਤੇ ਇਸੇ ਨਾਲ ਹੀ ਸਾਡੇ ਇੱਕ ਕਾਲਰ ਜੋੜੇ ਨੇ, ਆਪਾਂ ਉਹ ਕਾਲਰ ਨੂੰ ਵੀ ਜ਼ਰੂਰ ਲਵਾਂਗੇ ਜੀ। ਜੀ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਰਾਜ ਕੁਮਾਰ ਸਾਹਿਬ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੋਗੇ ਜੀ? ਮੇਰੀ ਬੇਨਤੀ ਇਹ ਹੈ ਕਿ ਜਿਹੜੇ ਲੀਡਰ ਦੀ ਗੱਲ ਕੀਤੀ ਸੀ ਨਾ ਜੀ, ਆਪਣੇ ਉਹ ਲੀਡਰ ਸਾਹਿਬ ਤੇ ਬੜੇ ਅੱਛੇ ਬੰਦੇ ਸੀ, ਆਪਣੇ ਨੂੰ ਟਿਕ ਕੇ ਇੱਕੋ ਜਿਹਾ ਰਹਿਣਾ ਚਾਹੀਦਾ ਸੀ ਜੀ। ਕਿਹੜੇ ਲੀਡਰ ਦੀ ਗੱਲ ਕਰ ਰਹੇ ਹੋ ਜੀ? ਹਾਂ, ਉਹ ਪਰਤੋਂ ਜਿੱਥੇ ਹੋਇਆ ਤੇ ਬਟ ਉਹਨਾਂ ਨੇ ਕੰਮ ਬਹੁਤ ਸੋਹਣੇ ਕੀਤੇ, ਬੁਲਾਰੇ ਬਹੁਤ ਅੱਛੇ ਆ। ਇਹ ਕਿਹਦੀ ਗੱਲ ਕਰ ਰਹੇ ਹੋ ਜੀ? ਪੰਜਾਬ ਦੀ ਲੋੜ ਆ। ਇਹ ਕਿਹਦੀ ਗੱਲ ਕਰ ਰਹੇ ਹੋ ਜੀ? ਖਹਿਰਾ ਸਾਹਿਬ ਜੀ। ਹਾਂਜੀ, ਖਹਿਰਾ ਸਾਹਿਬ ਦੇ ਬਿਆਨ ਪੜਿਓ ਜੀ ਜਰਾ, ਉਹ ਕੀ ਕਹਿ ਰਹੇ ਨੇ। ਇਹ ਕੋਈ ਵਧੀਆ ਗੱਲ ਨਹੀਂ ਹੁੰਦੀ ਲੀਡਰ, ਉਹ ਬੁਲਾਰੇ ਬਹੁਤ ਵਧੀਆ ਨੇ ਪਰ ਲੀਡਰਸ਼ਿਪ ਦੇ ਵਿੱਚ
ਪਲਟੀ ਮਾਰਨੀ। ਇਹ ਹੁਣ ਦੇ ਜ਼ਮਾਨੇ ਦੇ ਵਿੱਚ ਅੱਗੇ ਚੱਲਦਾ ਸੀ ਜਦੋਂ ਲੋਕੀ ਥੋੜ੍ਹੇ ਸਿੱਧੇ ਸੀ ਭਲੇ ਸੀ, ਹੁਣ ਨਹੀਂ ਚੱਲਦਾ। ਹੁਣ ਜਿਹੜੀ ਨਵੀਂ ਜਨਰੇਸ਼ਨ ਆ ਉਹ ਝੂਠ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੀ, ਇਹ ਕੋਰਾ ਝੂਠ ਆ, ਕਿਉਂਕਿ ਉਹਦੇ ਬਿਆਨ ਜਿਹੜੇ ਨੇ ਤੁਸੀਂ ਆਪ ਸੁਣ ਲਿਓ। ਮੈਂ ਬਹੁਤ ਸੋਹਣਾ ਆਪ ਆਪ ਬੜਾ ਅੱਛਾ ਬੁਲਾਰਾ ਸੀਗਾ, ਮੈਂ ਗੁਲਾਬ ਆਪਣੇ ਮੈਂ ਕਿੰਨੇ ਸਾਰੇ ਲੀਡਰ ਆਪਣੇ ਪੰਜਾਬ ਦੇ, ਹਾਂਜੀ ਬਾਦਲ ਸਾਹਿਬ ਤੋਂ ਲੈ ਕੇ ਬਾਦਲ ਸਾਹਿਬ ਦੇ ਨਾਲ ਆਪਣੇ ਪ੍ਰਧਾਨ ਮੰਤਰੀ ਰਹੇ ਇੰਡੀਆ ਦੇ, ਉਹਨਾਂ ਦੇ ਭਰਾ ਇੱਥੇ ਵੀ ਹੈਗੇ ਮੇਰੇ, ਮੇਰੇ ਬਹੁਤ ਦੋਸਤ ਅੱਛੇ ਦੋਸਤ ਆ, ਉਹਨਾਂ ਨਾਲ ਮੇਰੇ ਬੜੇ ਅੱਛੇ ਮੁਲਾਕਾਤ ਸੀ ਇੱਥੇ, ਅੱਛੇ ਅੱਛੇ ਤਾਲੁਕਾ ਸੀ, ਮੈਂ ਅੱਛਾ ਬੁਲਾਰਾ ਸੀਗਾ। ਹਾਂਜੀ ਤੇ ਉਹਨਾਂ ਦੀ ਸਟੇਜਾਂ ਬਹੁਤ ਅਟੈਂਡ ਕੀਤੀਆਂ, ਮੈਂ ਆਪ ਸਟੇਜ ਸੈਕਟਰੀ ਰਿਹਾ। ਜੀ ਜੇ ਤੁਸੀਂ ਸਟੇਜ ਸੈਕਟਰੀ ਰਹੇ ਹੋ ਤੁਸੀਂ ਸੋਚੋ ਕਿ ਇੱਕ ਬੰਦਾ ਦੋ ਬਿਆਨ ਦੇ ਰਿਹਾ, ਇੱਕ ਪਾਸੇ ਉਹ ਦੋ ਸਾਲ ਪਹਿਲਾਂ ਕੈਪਟਨ ਨੂੰ ਮਾੜਾ ਕਹਿ ਰਿਹਾ ਸੀ, ਹੁਣ ਕੈਪਟਨ ਦੀਆਂ ਸਿਫਤਾਂ ਕਰ ਰਿਹਾ, ਤੇ ਉਹ ਕਿਹੋ ਜਿਹਾ ਲੀਡਰ ਹੋਊਗਾ? ਸਟੇਜ ਅਟੈਂਡ ਕੀਤੀ ਜੀ, ਬਾਦਲ ਸਾਹਿਬ ਨੂੰ ਬੁਲਾਇਆ ਉਹਨਾਂ ਸਟੇਜ ਤੇ, ਆਪਣੇ ਪ੍ਰਧਾਨ ਮੰਤਰੀ ਹੁੰਦੇ ਸੀ, ਮੈਨੂੰ ਛੋਟਾ ਜਿਹਾ ਨਾਂ ਸੀ ਉਹਨਾਂ ਦਾ, ਮੈਨੂੰ ਨਾਂ ਭੁੱਲ ਗਿਆ, ਉਹਨਾਂ ਦੇ ਬ੍ਰਦਰ ਆ ਉੱਥੇ, ਮੇਰੇ ਬਹੁਤ ਅੱਛੇ ਦੋਸਤ ਆ ਹੁਣ ਵੀ। ਹਾਂਜੀ ਹਾਂਜੀ ਮੈਂ ਕਹੂੰਗਾ ਕਿ ਆਪਣੇ ਤੁਹਾਨੂੰ ਜ਼ਰੂਰ ਕਹਿਣਾ ਚਾਹੂੰਗਾ ਕਿ ਆਪਣੇ ਦੋਸਤਾਂ ਨੂੰ, ਮੈਂ ਉਹਨਾਂ ਜ਼ਰੂਰ ਤੁਹਾਡੇ ਨਾਲ ਗੱਲ ਕਰੂੰਗਾ ਫਿਰ। ਹਾਂਜੀ ਕੁਮਾਰ ਸਾਹਿਬ ਕੋਈ ਗੱਲ ਨਹੀਂ, ਜਦੋਂ ਮਰਜ਼ੀ ਕਰਿਓ, ਪਰ ਮੇਰਾ ਇੱਕ ਸੁਨੇਹਾ ਜ਼ਰੂਰ ਪਹੁੰਚਾ ਦਿਓ ਆਪਣੇ ਦੋਸਤਾਂ ਤੱਕ ਕਿ ਝੂਠ ਤੇ ਕੁਫਰ ਬੋਲਣਾ ਬੰਦ ਕਰ ਦੇਣ ਜੀ, ਕਿਉਂਕਿ ਉਹ ਜ਼ਮਾਨਾ ਲੱਥ ਗਿਆ, ਉਹ ਪੁਰਾਣਾ ਜ਼ਮਾਨਾ ਨਹੀਂ ਗਿਆ। ਜੀ ਬਿਲਕੁਲ ਬਿਲਕੁਲ ਮੈਂ ਸੁਣਦਾ ਰਿਹਾ ਪੂਰਾ ਜੀ। ਹਾਂਜੀ ਆਪਣੇ ਮੈਂ ਸੁਣਿਆ ਪ੍ਰੋਗਰਾਮ ਜਿਹੜਾ ਆਪਣੀ ਬੇਟੀ ਸਾਡੀ ਜੀ ਪੇਸ਼ ਆਪਣੇ ਸਾਰੇ ਜੀ ਜੀ ਹਫ਼ਤਾ, ਹਾਂਜੀ ਪਿਛਲਾ ਹਫ਼ਤਾ ਮੈਂ ਇੱਕ ਦਿਨ ਵੀ ਨਹੀਂ ਭੁੱਲਿਆ ਜੀ। ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਟੀਵੀ ਟਾਈਮ ਕੱਢਿਆ ਜੀ ਜਸ ਟੀਵੀ ਲਈ, ਥੈਂਕ ਯੂ ਤੁਹਾਡਾ ਜੀ, ਬਹੁਤ ਮਿਹਰਬਾਨੀ ਜੀ। ਜੀ ਇਹ ਸਨ ਜੀ ਸਾਡੇ ਰੈਗੂਲਰ ਕਾਲਰ ਜਿਹੜੇ ਹਾਲੇ ਤੱਕ ਵੀ ਉਹਨਾਂ ਬੰਦਿਆਂ ਦੇ ਉਹਨਾਂ ਨੂੰ ਵਧੀਆ ਮੰਨਦੇ ਨੇ, ਲੇਕਿਨ ਚਲੋ ਇਹ ਸਮੇਂ ਦੀ ਗੱਲ ਆ, ਉਹਨਾਂ ਦੇ ਕਲੋਜ਼ ਰਹੇ ਹੋਣਗੇ ਜਾਂ ਕੀ ਕਹਿ ਸਕਦੇ ਹਾਂ ਕਿ ਇਹਨਾਂ ਦੀ ਸੋਚ ਹਰ ਇੱਕ ਦੀ ਆਪਣੀ ਆ, ਲੇਕਿਨ ਜੋ ਬਿਆਨਬਾਜ਼ੀ ਉਹ ਕਰ ਰਹੇ ਨੇ, ਮੈਂ ਕਹੂੰਗਾ ਇਹਨਾਂ ਨੂੰ ਵੀ ਕਹਿ ਕੇ ਹਟਿਆ ਕਿ ਇਹ ਜਿਹੜਾ ਝੂਠ ਕੁਫਰ ਵਾਲਾ ਕੰਮ ਆ ਇਹ ਜ਼ਰੂਰ ਬੰਦ ਕੀਤਾ ਜਾਵੇ। ਹੁਣ ਉਹ ਜ਼ਮਾਨਾ ਨਹੀਂ ਰਿਹਾ ਜਦੋਂ ਸਾਡੇ ਜਿਹੜੇ ਪੁਰਖੇ ਸੀ ਦਾਦੇ ਪੜਦਾਦੇ ਸੀ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਸੀ, ਜੋ ਕਹਿ ਦਿੰਦੇ ਸੀ ਲੀਡਰ ਉਹ ਮੰਨ ਲੈਂਦੇ ਸੀ, ਲੇਕਿਨ ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ। ਜੇ ਕਹੀਏ ਬਾਦਲ ਸਾਹਿਬ ਦਾ ਜਿਹੜਾ ਟਾਈਮ ਸੀ ਉਹ ਪੁਰਾਣਾ ਸੀ, ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ। ਹੁਣ ਦਾ ਜ਼ਮਾਨਾ ਜਿਹੜਾ ਹੁਣ ਤੁਹਾਡਾ ਕੰਮ ਦੇਖਿਆ ਜਾਂਦਾ ਜਾਂ ਤੁਹਾਡੇ ਜਿਹੜੇ ਬਿਆਨ ਸੀ ਜੋ ਤੁਸੀਂ ਕਿਹਾ ਸੀ ਉਹ ਦੇਖੇ ਜਾਂਦੇ ਕਿ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਕੀ ਕਿਹਾ ਸੀ। ਮੈਂ ਇਹੀ ਕਹੂੰਗਾ ਕਿ ਜੋ ਵੀ ਤੁਸੀਂ ਬੋਲਣਾ, ਜੇ ਤੁਸੀਂ ਖਾਸ ਕਰਕੇ ਤੁਸੀਂ ਪੋਲੀਟੀਕਲ ਦੇ ਵਿੱਚ ਆਉਣਾ ਚਾਹੁੰਦੇ ਹੋ ਜਾਂ ਆਏ ਹੋਏ ਹੋ, ਜੋ ਤੁਹਾਡੇ ਬਿਆਨ ਨੇ ਤੁਸੀਂ ਉਹਨਾਂ ਦਾ ਜ਼ਰੂਰ ਧਿਆਨ ਰੱਖੋ, ਕਿਉਂਕਿ ਬਿਆਨਬਾਜ਼ੀ ਜਿਹੜੀ ਆ ਉਹ ਅੱਗੇ ਵਾਲਾ ਜਿਹੜਾ ਸਮਾਂ ਸੀ ਜਦੋਂ ਲੋਕ ਜ਼ਿਆਦਾ ਐਜੂਕੇਟਡ ਨਹੀਂ ਸੀ, ਉਹ ਸਮਾਂ ਹੋਰ ਸੀ। ਹੁਣ ਐਜੂਕੇਸ਼ਨ ਵੀ ਲੋਕਾਂ ਦੇ ਕੋਲ ਹੈ ਔਰ ਸੋਰਸਿਸ ਵੀ ਕੋਲ ਨੇ ਕਿ ਕਿਹੜਾ ਬੰਦਾ ਕਿੰਨਾ ਸੱਚ ਬੋਲ ਰਿਹਾ, ਉਹ ਕਿੰਨੀ ਸੱਚੀ ਗੱਲ ਕਰ ਰਿਹਾ, ਔਰ ਉਹ ਰਿਕਾਰਡ ਕਰਕੇ ਅਗਲੇ ਰੱਖੀ ਹੁੰਦੀ ਆ। ਜਦੋਂ ਤੁਸੀਂ ਉਹ ਰਿਕਾਰਡਿੰਗ ਕੀ ਤੁਹਾਡੀ ਆਪਦੀ ਕੀਤੀ ਹੋਈ ਰਿਕਾਰਡਿੰਗ ਉਹ ਕੱਢ ਕੇ 5 ਸਾਲਾਂ ਬਾਅਦ, 10 ਸਾਲਾਂ ਬਾਅਦ ਜਾਂ 20 ਸਾਲਾਂ ਬਾਅਦ ਉਹ ਤੁਹਾਡੇ ਮੂਹਰੇ ਆ ਜਾਊਗੀ, ਫਿਰ ਤੁਹਾਨੂੰ ਜਵਾਬ ਦੇਣਾ ਬਿਲਕੁਲ ਔਖਾ ਹੋ ਜਾਊਗਾ, ਚਾਹੇ ਉਹ ਧਰਮ ਦਾ ਹੋਵੇ ਅਤੇ ਚਾਹੇ ਉਹ ਸਾਡੀ ਕਮਿਊਨਿਟੀ ਦਾ ਹੋਵੇ ਜਾਂ ਉਹ ਕਿਸੇ ਤਰੀਕੇ ਦਾ ਬਿਆਨ ਹੋਵੇ ਜਿਹੜਾ ਤੁਸੀਂ ਦਿੱਤਾ ਹੋਇਆ, ਉਹ ਮੂਹਰੇ ਆ ਜਾਊਗਾ। ਜਿਸ ਤਰ੍ਹਾਂ ਮੋਦੀ ਸਾਹਿਬ ਦਾ ਜੁਮਲਾ ਕਿਹਾ ਕਿ ਮੈਂ ਕਾਲਾ ਧਨ ਲੈ ਕੇ ਆਉਣਾ, ਉਹ ਬਾਅਦ ਵਿੱਚ ਮੈਂ ਇੱਕ ਜੁਮਲਾ ਸੀ। ਇਸ ਤਰ੍ਹਾਂ ਇੰਨੀ ਗੱਲ ਸੌਖੀ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਨਹੀਂ ਪਚਦੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਦੇਖੋਗੇ ਕਿ ਇਹ ਸਰਕਾਰਾਂ ਦੇ ਹਾਲਾਤ ਕੀ ਹੋਣਗੇ। ਜਾਂ ਤਾਂ ਇਹ ਸਰਕਾਰਾਂ ਝੂਠ ਬੋਲਣਾ ਬੰਦ ਕਰ ਦੇਣਗੀਆਂ ਜਾਂ ਐਸੀਆਂ ਸਰਕਾਰਾਂ ਰਹਿਣਗੀਆਂ ਨਹੀਂ, ਕਿਉਂਕਿ ਉਹ ਜ਼ਮਾਨਾ ਬਹੁਤ ਪਿੱਛੇ ਰਹਿ ਗਿਆ ਜਦੋਂ ਕਿਹਾ ਜਾਂਦਾ ਸੀ ਕਿ ਠੀਕ ਹੈ ਜੀ ਇੱਕ ਪਿੰਡ ਦੇ ਵਿੱਚ ਇੱਕ ਸਿਆਣੇ ਬੰਦੇ ਨੇ ਗੱਲ ਕਹਿਤੀ, ਚਲੋ ਜੀ ਇੱਥੇ ਫੁੱਲ ਚੜ੍ਹਾ ਦਿਓ ਕਿ ਇਹ ਸਿਆਣੇ ਬੰਦੇ ਨੇ ਕਹੀ ਆ। ਹੁਣ ਨਾ ਤਾਂ ਸਿਆਣੇ ਬੰਦੇ ਰਹੇ, ਜਿਹੜੇ ਸਿਆਣੇ ਬਣਦੇ ਨੇ ਉਹਨਾਂ ਦੇ ਝੂਠ ਜਿੱਦਾਂ ਸੁਖਵਾਲ ਖਹਿਰੇ ਦਾ ਮੂਹਰੇ ਆਇਆ ਉਹ ਜਲਦੀ ਮੂਹਰੇ ਆ ਜਾਂਦਾ, ਫਿਰ ਉੱਥੇ ਕੋਈ ਗੱਲ ਕਹਿਣ ਦੀ ਨਹੀਂ ਹੁੰਦੀ, ਕੋਈ ਤੁਹਾਡੇ ਕੋਲ ਕੀ ਉਹਨੂੰ ਕਹਿੰਦੇ ਕਿ ਜਵਾਬ ਨਹੀਂ ਹੁੰਦਾ। ਅਤੇ ਮੈਂ ਇਹ ਕਹੂੰਗਾ ਕਿ ਜਿੰਨੇ ਵੀ ਲੀਡਰ ਨੇ ਸਾਡੇ ਜਾਂ ਇੱਥੇ ਜਾਂ ਲੀਡਰ, ਚਾਹੇ ਉਹ ਅਮੈਰੀਕਾ 'ਚ ਹੋਣ, ਕੈਨੇਡਾ 'ਚ ਹੋਣ, ਕਿਸੇ ਵੀ ਕੰਟਰੀ ਵਿੱਚ ਹੋਣ, ਜਿਹੜਾ ਬੰਦਾ ਪੋਲੀਟੀਕਲ ਦੇ ਵਿੱਚ ਹੈ ਉਹ ਬਿਲਕੁਲ ਆਪਣੀ ਗੱਲ ਨੂੰ ਤੋਲ ਮੋਲ ਕੇ ਬੋਲੇ, ਸੋਚ ਸਮਝ ਕੇ ਬੋਲੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹੋ ਜਿਹੀਆਂ ਪ੍ਰੋਬਲਮਾਂ ਨਾ ਆ ਜਾਣ ਕਿ ਇਹ ਕੰਮ ਜਿਹੜਾ ਆ ਉਹਨਾਂ ਨੂੰ ਭਾਰੀ ਪੈ ਜਾਵੇ। ਇਹ ਗੱਲਾਂ ਛੋਟੀਆਂ ਨੇ ਲੇਕਿਨ ਉਹਨਾਂ ਨੂੰ ਸੋਚ ਕੇ ਦੇਖੋ ਕਿ ਤੁਸੀਂ ਕਹਿ ਦੇਣਾ ਕਿ ਜੁਮਲਾ ਸੀ, ਨਹੀਂ ਉਹ ਗੱਲ ਬਣਦੀ ਨਹੀਂ। ਹਾਂ ਮੈਂ ਕਹੂੰਗਾ ਕਿ ਜਿਹੜੀ ਨਵੀਂ ਜਨਰੇਸ਼ਨ ਆ ਉਹ ਉੱਠੇ, ਉਹ ਬਾਗਡੋਰ ਸੰਭਾਲੇ, ਜਿਸ ਤਰ੍ਹਾਂ ਕਿ ਦੀਪ ਸਿੱਧੂ ਸੀ, ਲੱਖਾ ਸਿਧਾਣਾ ਸੀ, ਇਹਨਾਂ ਨੂੰ ਬਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਝੂਠੇ ਬਣਾ ਦਿੱਤਾ ਗਿਆ। ਇਹ ਹੈ ਸਾਡੀ ਲੀਡਰਸ਼ਿਪ, ਇਹ ਸਾਰਾ ਕੁਛ ਜੋ ਹੋਇਆ ਉਹ ਜਿਹੜਾ ਕਿਸਾਨ ਮੋਰਚਾ ਲੱਗਿਆ ਹੋਇਆ ਉੱਥੋਂ ਕੁਛ ਬੰਦਿਆਂ ਨੇ ਰਲ ਮਿਲ ਕੇ ਕਿ ਇਹ ਯੰਗ ਜਨਰੇਸ਼ਨ ਮੂਹਰੇ ਨਾ ਆ ਜਾਵੇ। ਜੇ ਇਹ ਮੂਹਰੇ ਆਉਂਦੇ ਆ ਤਾਂ ਕੁਛ ਬੰਦੇ ਨੇ ਜਿਹੜੇ ਜਿਹਨਾਂ ਦੀ ਲੀਡਰਸ਼ਿਪ ਹੈ
ਉਹ ਖਤਮ ਹੋ ਜਾਣੀ ਹੈ। ਇਸ ਕਰਕੇ ਉਹਨਾਂ ਨੇ ਆਪਣਾ ਜੋ ਵੀ ਦਾ ਪੇਜ ਲਾ ਕੇ ਉਹ ਦੋ ਬੰਦਿਆਂ ਨੂੰ ਹੀ ਝੂਠਾ ਕਰਾਰ ਦੇ ਦਿੱਤਾ। ਉਹ ਕੁਛ ਦਿਨ ਟਾਈਮ ਪਹਿਲਾਂ ਕਹਿੰਦੇ ਸੀ ਕਿ ਸਾਡੇ ਬੱਚੇ ਨੇ, ਸਾਡੇ ਆਪਦੇ ਬੰਦੇ ਨੇ, ਬਾਅਦ ਵਿੱਚ ਉਹੀ ਲੀਡਰ ਬਿਆਨ ਦੇਣ ਲੱਗ ਗਿਆ ਕਿ ਇਹਨਾਂ ਦਾ ਕਿਸਾਨ ਮੋਰਚਾ ਨਾਲ ਕੋਈ ਲੈਣਾ ਦੇਣਾ ਨਹੀਂ। ਅਤੇ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ ਕਿ ਜਿਹੜੇ ਦੋ ਦੋ ਵਿਚਾਰ ਨੇ ਜਾਂ ਦੋ ਦੋ ਤਰ੍ਹਾਂ ਦੇ ਬਿਆਨ ਨੇ, ਇਹ ਕਿਉਂ ਬਦਲਦੇ ਨੇ, ਔਰ ਇਹ ਬਦਲਣ ਤੋਂ ਪਹਿਲਾਂ ਸੋਚਦੇ ਨਹੀਂ ਜਾਂ ਸੋਚਣ ਦੀ ਬੁੱਧੀ ਨਹੀਂ ਰੱਖਦੇ ਜਾਂ ਇੰਨਾ ਦਿਮਾਗ ਨਹੀਂ ਕੰਮ ਕਰਦਾ ਕਿ ਅਸੀਂ ਬਿਆਨ ਦਿੱਤਾ ਹੈ 10 ਦਿਨ ਪਹਿਲਾਂ ਕਿ ਸਾਡਾ ਇਸ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ। ਬਾਅਦ ਵਿੱਚ ਅਸੀਂ ਉਸ ਬੰਦੇ ਨਾਲ ਪਹਿਲਾਂ ਦਾ ਬਿਆਨ ਦਿੱਤਾ ਹੋਇਆ ਉਹਦੇ ਬਾਰੇ ਨਹੀਂ ਸੋਚਦੇ ਕਿ ਅਸੀਂ ਬਿਆਨ ਇਹ ਵੀ ਦਿੱਤਾ ਸੀ ਕਿ ਇਹ ਸਾਡੇ ਹੀ ਬੰਦੇ ਨੇ ਜੀ, ਇਹ ਵੀ ਕਿਸਾਨਾਂ ਦੇ ਨਾਲ ਨੇ। ਇਹ ਨਹੀਂ ਸਮਝ ਆਈ ਕਿ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੀ ਕੁਆਲਿਟੀ ਕੀ ਆ, ਕਿਉਂਕਿ ਅੱਜ ਤੱਕ ਇੱਥੇ ਜੋ ਕੋਈ ਵੀ ਬਿਆਨ ਆ, ਕਿਸੇ ਵੀ ਅਮੈਰੀਕਨ ਲੀਡਰ ਦਾ ਬਿਆਨ ਸੋਚ ਲਿਓ ਜਾਂ ਸੁਣ ਲਿਓ, ਉਹ ਡਬਲ ਬਿਆਨ ਨਹੀਂ ਹੋਊਗਾ, ਸਟ੍ਰੇਟ ਫੋਰਵਰਡ ਸਿੰਗਲ ਮੈਸੇਜ ਹੋਊਗਾ। ਬਾਕੀ ਇਹ ਨਹੀਂ ਝੂਠ ਬੋਲਦੇ, ਝੂਠ ਇੱਥੇ ਵੀ ਬਥੇਰੇ ਲੋਕ ਬੋਲਦੇ ਨੇ, ਇਹ ਨਹੀਂ ਕਿ ਝੂਠ ਸਾਰਾ ਇੰਡੀਆ ਦੇ ਵਿੱਚ ਹੀ ਆ, ਜੇ ਝੂਠ ਅਮੈਰੀਕਾ ਦੇ ਵਿੱਚ ਵੀ ਬਥੇਰਾ, ਬਥੇਰੇ ਲੋਕ ਝੂਠ ਬੋਲਦੇ ਨੇ, ਨਿੱਕੀ ਨਿੱਕੀ ਗੱਲ ਤੋਂ ਝੂਠ ਬੋਲਦੇ ਨੇ, ਚੋਰੀਆਂ ਚਕਾਰੀਆਂ ਸਾਰਾ ਕੁਛ ਇੱਥੇ ਵੀ ਹੈਗਾ, ਲੇਕਿਨ ਜਿਹੜੀ ਲੋਅਰ ਲੈਵਲ ਦਾ ਝੂਠ ਹੈ ਉਹੀ ਆ, ਵੱਡੇ ਲੈਵਲ 'ਤੇ ਝੂਠ ਬਹੁਤ ਘੱਟ ਆ। ਵੱਡੇ ਲੈਵਲ ਦਾ ਮਤਲਬ ਹੈ ਕਿ ਜਿਹੜਾ ਕੰਟਰੀ ਦਾ ਪ੍ਰੈਜ਼ੀਡੈਂਟ ਹੋ ਗਿਆ ਜਾਂ ਇੱਥੇ ਦਾ ਸਟੇਟ ਦਾ ਗਵਰਨਰ ਹੋ ਗਿਆ, ਉਹ ਉਸ ਲੈਵਲ ਦਾ ਜਿਹੜਾ ਝੂਠ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲੂਗਾ, ਉਹ ਮਿਲੂਗਾ ਤਾਂ ਸੱਚ ਹੀ ਮਿਲੂਗਾ, ਸੱਚ ਦੇ ਨਾਲ ਖੜ੍ਹੇ ਜਾਣਗੇ। ਇਸੇ ਕਰਕੇ ਇਹ ਕੰਟਰੀਆਂ ਜਿਹੜੀਆਂ ਥੋੜ੍ਹਾ ਜ਼ਿਆਦਾ ਤਰੱਕੀ 'ਚ ਨੇ, ਅਸੀਂ ਥੋੜ੍ਹਾ ਜ਼ਿਆਦਾ ਪਿੱਛੇ ਨੂੰ ਹਾਂ, ਕਿਉਂਕਿ ਅਸੀਂ ਜ਼ਿਆਦਾ ਝੂਠ ਦੇ ਪਿੱਛੇ ਲੱਗੇ ਹੋਏ ਹਾਂ। ਸਾਡੇ ਸਾਡੇ ਜਿੱਥੋਂ ਅਸੀਂ ਸਿੱਖਣਾ ਘਰ, ਉੱਥੋਂ ਹੀ ਝੂਠ ਚੱਲਣਾ ਸ਼ੁਰੂ ਹੋ ਜਾਂਦਾ, ਕਿਉਂਕਿ ਸਾਡੇ ਜਿਹੜੇ ਮਾਂ ਪਿਓ ਨੇ ਉਹਨਾਂ ਤੋਂ ਝੂਠ, ਉਹ ਆਪਣੇ ਰਿਸ਼ਤੇਦਾਰਾਂ ਕੋਲ ਝੂਠ ਬੋਲਦੇ ਨੇ, ਉਹਨਾਂ ਦੇ ਬੱਚੇ ਵੀ ਉਹੀ ਸਿੱਖਦੇ ਨੇ, ਉਹ ਗਾਂਹ ਬੱਚਿਆਂ ਕੋਲ ਝੂਠ ਬੋਲਦੇ ਨੇ, ਸਾਰੀ ਨੀਂਹ ਜਿਹੜੀ ਝੂਠ ਤੋਂ ਚੱਲਣੀ ਸ਼ੁਰੂ ਹੁੰਦੀ ਆ, ਉਹ ਝੂਠ 'ਤੇ ਹੀ ਕੰਮ ਚੱਲੀ ਜਾਂਦਾ। ਜੇ ਅਸੀਂ ਇਹ ਝੂਠ ਬੰਦ ਕਰ ਦਾਂਗੇ ਤਾਂ ਸਾਡੇ ਘਰਾਂ 'ਚੋਂ ਝੂਠ ਮੁੱਕ ਜੂ। ਅਸੀਂ ਉਹੀ ਗੱਲ ਆ ਗਈ ਕਿ ਪਿੰਡਾਂ ਤੋਂ ਸ਼ੁਰੂ ਕਰੋ, ਸਾਡੇ ਪਿੰਡਾਂ ਤੋਂ ਸ਼ੁਰੂ ਕਰ ਲਓਗੇ, ਸਰਪੰਚਾਂ ਤੋਂ ਲੈ ਕੇ ਪਿੰਡ ਦੇ ਪੰਚ ਸਾਰੇ, ਜੇ ਸੱਚਾਈ 'ਤੇ ਖੜ੍ਹ ਜਾਵਾਂਗੇ ਤਾਂ ਸਾਨੂੰ ਐਡਾ ਫਰਕ ਨਹੀਂ ਪੈਣਾ, ਚੰਗਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ, ਸਾਡੇ ਬੱਚੇ ਨੇ, ਉਹਨਾਂ ਨੂੰ ਕੁਛ ਇੰਨਾ ਪਤਾ ਲੱਗੂਗਾ ਕਿ ਝੂਠ ਦੇ ਨਾਲ, ਝੂਠ ਦੀ ਜਿਹੜੀ ਲਾਈਫ ਆ ਬਹੁਤ ਛੋਟੀ ਆ, ਕਿਉਂਕਿ ਝੂਠ ਦੀ ਜ਼ਿੰਦਗੀ ਇੱਡੀ ਜ਼ਿਆਦਾ ਲੰਬੀ ਨਹੀਂ ਹੁੰਦੀ ਕਿ ਅੱਜ ਝੂਠ ਬੋਲਿਆ ਉਹ ਸਾਲ ਦੋ ਸਾਲ ਦੇ ਵਿੱਚ ਹੀ ਤੁਹਾਡਾ ਮੂਹਰੇ ਆ ਜਾਣਾ, ਕਿਉਂਕਿ ਇੱਕ ਝੂਠ ਨੂੰ ਕਵਰ ਕਰਨ ਦੇ ਲਈ ਤੁਸੀਂ 100 ਝੂਠ ਹੋਰ ਬੋਲਣੇ ਨੇ, ਉਹ 100 ਝੂਠਾਂ ਦੇ ਵਿੱਚ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਫਸ ਜਾਣਾ। ਉਹਦੇ ਨਾਲੋਂ ਇਹ ਬੈਟਰ ਹੁੰਦਾ ਕਿ ਤੁਸੀਂ ਹੁਣ ਹੀ ਜਿਹੜੀ ਸੱਚ ਦੀ ਗੱਲ ਕਰੋ, ਜਾਂ ਜਿਹੜੇ ਸੋ ਕਾਲਡ ਲੀਡਰ ਕਹਿੰਦੇ ਨੇ ਕਿ ਜੀ ਅਸੀਂ ਤਾਂ ਇਹ ਇੱਕ ਪਬਲਿਕ ਦੀ ਸੇਵਾ ਨੂੰ ਨਿਭਾ ਰਹੇ ਹਾਂ, ਉਹ ਪਬਲਿਕ ਸੇਵਾ ਕਾਹਦੀ, ਤੁਸੀਂ ਪਬਲਿਕ ਦਾ ਖੂਨ ਚੂਸ ਰਹੇ ਹਾਂ। ਸੇਵਾ ਤਾਂ ਉਹ ਹੁੰਦੀ ਜਿਹੜੀ ਮਨ ਤੋਂ ਕੀਤੀ ਜਾਂਦੀ, ਮਨ ਤੋਂ ਇੱਥੇ ਕੁਛ ਨਹੀਂ ਕੀਤਾ ਜਾਂਦਾ, ਮਨ ਤੋਂ ਇੱਕੋ ਗੱਲ ਕੀਤੀ ਜਾਂਦੀ ਆ ਕਿ ਜੀ ਜਿਹੜੀ ਸੇਵਾ ਹੈ ਉਹ ਅਸੀਂ ਪਬਲਿਕ ਦਾ ਖੂਨ ਚੂਸਣਾ, ਅਤੇ ਉਸ ਤੋਂ ਗੱਲਾਂ ਬਾਤਾਂ ਇਹੀ ਨੇ। ਜੇ ਤੁਸੀਂ, ਮੈਂ ਫਿਰ ਕਹਿਣਾ ਚਾਹੂੰਗਾ ਕਿ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਕੋਈ ਆਪਣੇ ਮਨ ਦਾ ਜੋ ਬਲਬਲਾ ਹੈ ਉਹ ਦੱਸਣਾ ਚਾਹੁੰਦੇ ਹੋ ਪਬਲਿਕ, ਤੁਸੀਂ ਜ਼ਰੂਰ ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਈਮੇਲ ਵੀ ਕਰ ਸਕਦੇ ਹੋ, ਜਿਸ ਤਰ੍ਹਾਂ ਮੈਂ ਹਰ ਸ਼ੋਅ ਦੇ ਵਿੱਚ ਈਮੇਲ ਬੋਲਦਾ ਕਿ broad@jusbroadcasting.com, info@jusbroadcasting.com, ਜਾਂ ਮੇਰਾ ਪਰਸਨਲ ਨੰਬਰ ਹੈ 317-538-5385, ਜਿਹੜਾ ਆਪਾਂ ਹਰ ਵਾਰੀ ਬੋਲਦੇ ਹਾਂ, ਇਹ ਪਰਸਨਲ ਨੰਬਰ ਹੈ ਜਿੱਥੇ ਤੁਸੀਂ ਆਫ ਏਅਰ ਜਾ ਕੇ ਵੀ ਮੈਨੂੰ ਕਾਲ ਕਰ ਸਕਦੇ ਹੋ ਜੇ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਹੋਵੇ, ਜਾਂ ਉਹ ਕੰਮ ਰਿਲੇਟਡ ਹੋਵੇ, ਲੀਗਲ ਰਿਲੇਟਡ ਹੋਵੇ, ਜਾਂ ਕਿਸੇ ਤਰ੍ਹਾਂ ਦੀ ਪੰਜਾਬੀ ਭਾਈਚਾਰੇ ਦੀ ਹੈਲਪ ਹੋਵੇ, ਤੁਸੀਂ ਜ਼ਰੂਰ ਮੈਨੂੰ ਇਸ ਕਾਲ ਪਰਸਨ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ, ਔਰ ਜਾਂ ਟੀ ਵੀ ਦੇ ਲਿਖੇ ਜਿਹੜੇ ਈਮੇਲ ਥੱਲੇ ਆਉਂਦੇ ਨੇ ਉਹਨਾਂ ਨੂੰ ਵੀ ਕਾਲ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਸ਼ੋਅ ਆ ਆਪਾਂ ਥੋੜ੍ਹਾ ਸ਼ੋਰਟ ਕਰਾਂਗੇ, ਥੋੜ੍ਹੀ ਸਮੇਂ ਦੀ ਘਾਟ ਹੋਣ ਕਾਰਨ ਅੱਜ ਦਾ ਜਿਹੜਾ ਸ਼ੋਅ ਆਪਾਂ ਜ਼ਿਆਦਾ ਲੰਬਾ ਨਹੀਂ ਲਵਾਂਗੇ, ਅੱਜ ਅੱਧੇ ਘੰਟੇ ਦਾ ਹੀ ਹੋਏਗਾ ਇਹ, ਕਿਉਂਕਿ ਅੱਜ ਥੋੜ੍ਹੀ ਜਿਹੀ ਸਮਾਂ ਜਿਹੜਾ ਸੀ ਉਹ ਮੈਨੂੰ ਇਜਾਜ਼ਤ ਨਹੀਂ ਦਿੰਦਾ। ਇਸੇ ਤਰ੍ਹਾਂ ਹੀ ਆਪਾਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ, ਅਤੇ ਦਿਓ ਜਿਮੀ ਬਰਾੜ ਨੂੰ ਇਜਾਜ਼ਤ, ਸਤਿ ਸ਼੍ਰੀ ਅਕਾਲ।